ਨਾਨਕ ਦੀ ਮਿਹਰ ਮੇਰੇ ਤੇ, ਗੁਰੂ ਨਾਨਕ ਦੀ ਮਿਹਰ ਮੇਰੇ ਤੇ, ਮਾਂ ਪਿਓ ਸਿੱਖਿਆ ਪਾਈ, ਹਰ ਮੈਦਾਨ ਫਤਿਹ ਕਰਾਂ ਮੈਂ, ਹਰ ਮੈਦਾਨ ਫਤਿਹ ਕਰਾਂ ਮੈਂ, ਹਾਂ ਪੰਜਾਬਨ ਜਾਈ, ਹਾਂ ਪੰਜਾਬਨ ਜਾਈ। ਤੁਹਾਡੀ ਦੋਸਤ ਅਤੇ ਹੋਸਟ ਪਾਲਿਸ ਫੈਸ਼ਨ ਬੁਟੀਕ ਵੱਲੋਂ ਸੁਖਵੀਰ ਕੌਰ ਅਤੇ ਮੇਰੇ ਕੋ ਹੋਸਟ ਮਨਮੀਤ ਕੌਰ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਅੱਜ ਇੱਥੇ ਤੀਆਂ ਦਾ ਤਿਉਹਾਰ ਮਨਾਉਣ ਲਈ ਇਕੱਠੇ ਹੋਏ ਹਾਂ, ਸੋ ਮੈਂ ਤੁਹਾਡਾ ਸਾਰਿਆਂ ਦਾ ਇਸ ਰੌਣਕ ਤੀਆਂ ਦੀ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਤੁਹਾਡੀ ਸਾਰਿਆਂ ਦੀ ਆਮਦ ਦੇ ਨਾਲ ਹੀ ਸਾਡੇ ਇਸ ਪ੍ਰੋਗਰਾਮ ਦੀ ਰੌਣਕ ਬੜੀ ਹੈ, ਇਸ ਲਈ ਮੈਂ ਇੱਕ ਵਾਰ ਫਿਰ ਮੇਰੇ ਵੱਲੋਂ ਅਤੇ ਮੈਂ ਮੇਰੀ ਛੋਟੀ ਭੈਣ ਸਤਿੰਦਰ ਕੌਰ ਗਰੇਵਾਲ ਜੀ ਨੂੰ ਸਟੇਜ 'ਤੇ ਬੁਲਾਉਣਾ ਚਾਹੂੰਗੀ ਤਾਂ ਕਿ ਉਹ ਵੀ ਆ ਕੇ ਤੁਹਾਡਾ ਇੱਕ ਵਾਰ ਜੀ ਆਇਆਂ ਨੂੰ ਤੁਹਾਨੂੰ ਕਹਿ ਸਕਣ, ਤੁਹਾਡਾ ਸਤਿਕਾਰ ਕਰ ਸਕਣ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਤੁਹਾਡਾ ਇੱਥੇ ਆਉਣ ਦਾ, ਇਹ ਰੌਣਕ ਨੂੰ ਹੋਰ ਵਧਾਉਣ ਦਾ, ਥੈਂਕ ਯੂ ਜੀ। ਸੋ ਹੁਣ ਮੈਂ ਤੁਹਾਨੂੰ ਆਪਣੀ ਬਾਕੀ ਦੀ ਟੀਮ ਨਾਲ ਥੋੜ੍ਹਾ ਜਿਹਾ ਇੰਟਰੋਡਕਸ਼ਨ ਕਰਵਾ ਦੇਵਾਂ। ਇਹ ਸਤਿੰਦਰ ਕੌਰ ਜੀ ਗਰੇਵਾਲ ਸਨ, ਉਸ ਤੋਂ ਬਾਅਦ ਜਿਨ੍ਹਾਂ ਨੇ ਸਾਨੂੰ ਇਹ ਮਾਹੌਲ ਦਿੱਤਾ, ਇਹ ਛੱਤ ਦਿੱਤੀ, ਇਹ ਸਟੇਜ ਦਿੱਤਾ, ਸੋ ਅਸੀਂ ਥੈਂਕਸ ਕਰਦੇ ਹਾਂ ਇਸ ਪੈਲਸ ਦੇ ਓਨਰ ਬਲਵੀਰ ਸਿੰਘ ਜੀ ਮਾਣਕ ਦਾ। ਔਰ ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਅਸੀਂ ਸਤਿਕਾਰ ਕਰਦੇ ਹਾਂ ਜਿਨ੍ਹਾਂ ਦੇ ਡੀਜ਼ੇ ਨੇ ਅੱਜ ਤੁਹਾਨੂੰ ਸਾਰਿਆਂ ਨੂੰ ਨੱਚਣ ਲਈ, ਟੱਪਣ ਲਈ ਮਜ਼ਬੂਤ ਕਰ ਦੇਣਾ, ਔਰ ਜਿਸ ਕੰਮ ਲਈ ਤੁਸੀਂ ਸ਼ਾਇਦ ਇੱਥੇ ਇਕੱਠੇ ਵੀ ਹੋਏ ਹੋ। ਜਿਹੜੀਆਂ ਮੇਰੀਆਂ ਭੈਣਾਂ ਕਦੇ ਨਹੀਂ ਵੀ ਨੱਚੀਆਂ, ਸੋ ਵੀਰ ਜੀ ਪਲੀਜ਼ ਇਹੋ ਜਿਹਾ ਸਾਊਂਡ ਲਾਇਓ ਕਿ ਅੱਜ ਕੋਈ ਵੀ ਇੱਥੇ ਨੱਚੇ ਬਿਨਾਂ ਨਾ ਜਾਵੇ। ਸੋ ਅਸੀਂ ਥੈਂਕਸ ਕਰਦੇ ਹਾਂ ਮਾਣਕ ਸਿੰਘ ਬਿੰਦਰਾ ਵੀਰ ਜੀ, ਸਾਡੇ ਡੀਜ਼ੇ ਵਾਲੇ ਵੀਰ ਜੀ। ਉਸ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਹੁਸ਼ਿਆਰਾ ਸਿੰਘ ਫਰੋਮ ਓਮਨੀ ਵੀਡੀਓ, ਜਿਨ੍ਹਾਂ ਨੂੰ ਕਿ ਤੁਸੀਂ ਸਾਰੇ ਜਾਣਦੇ ਹੀ ਹੋ, ਜੋ ਸਾਡੇ ਇਸ ਖੁਸ਼ੀਆਂ ਭਰੇ ਪਲ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਰਹੇ ਨੇ। ਜਦੋਂ ਵੀ ਅਸੀਂ ਚਾਹਾਂਗੇ ਅਸੀਂ ਇਸ ਮੂਮੈਂਟ ਨੂੰ ਦੇਖ ਸਕਾਂਗੇ। ਸੋ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ ਕਿ ਉਹ ਸਾਡਾ ਬਹੁਤ ਵਧੀਆ ਸਾਥ ਦੇ ਰਹੇ ਨੇ ਇਸ ਪ੍ਰੋਗਰਾਮ ਦੇ ਵਿੱਚ। ਔਰ ਇਸ ਤੋਂ ਬਾਅਦ ਜਿਨ੍ਹਾਂ ਨੇ ਨੱਚ ਟੱਪ ਕੇ ਜਦੋਂ ਸਾਡੇ ਪੇਟ ਨੇ ਕੁਛ ਮੰਗਣਾ, ਭੁੱਖ ਲੱਗਣੀ ਹੈ, ਤਾਂ ਸਾਡੀ ਭੁੱਖ ਦਾ ਇੰਤਜ਼ਾਮ ਕਰਨ ਲਈ ਮੇਰਾ ਛੋਟਾ ਵੀਰ ਬਹੁਤ ਹੀ ਮਿਹਨਤੀ, ਸਭ ਦਾ ਸਤਿਕਾਰ ਕਰਨ ਵਾਲਾ ਔਰ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਬਿਜ਼ਨਸ ਸਟੈਂਡ ਕਰਨ ਵਾਲਾ ਇੰਡੀਅਨ ਜ਼ਾਇਕਾ ਕੁਜ਼ੀਨ ਦੇ ਓਨਰ ਰਣਵੀਰ ਸਿੰਘ ਰਿੰਕੂ ਜੀ ਦਾ, ਜਿਨ੍ਹਾਂ ਨੇ ਕਿ ਸਾਡੇ ਲਈ ਇੱਥੇ ਫੂਡ ਦੀ ਸੇਵਾ ਦਿੱਤੀ ਹੈ, ਸੋ ਮੈਂ ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ। ਇਹਨਾਂ ਸਾਰਿਆਂ ਲਈ ਅਸੀਂ ਸਿਰਫ ਇਹੀ ਕਹਿਣਾ ਚਾਹਾਂਗੇ, ਤੁਸੀਂ ਘਰ ਸਾਡੇ ਆਏ, ਤੁਸੀਂ ਘਰ ਸਾਡੇ ਆਏ, ਅਸੀਂ ਫੁੱਲੇ ਨਾ ਸਮਾਏ, ਅਸੀਂ ਫੁੱਲੇ ਨਾ ਸਮਾਏ, ਸਾਡੇ ਘਰ ਤਸ਼ਰੀਫ ਲਿਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ, ਸਾਡੇ ਸਾਰਿਆਂ ਵੱਲੋਂ ਜੀ ਆਇਆਂ ਨੂੰ। Please give a big hand of apologize for everybody up us here. Thank you. Yeah, there we go. Yeah. So, ਹੁਣ ਮੈਂ ਸਤਿੰਦਰ ਕੌਰ ਨੂੰ ਫੇਰ ਰਿਕੁਐਸਟ ਕਰਾਂਗੀ ਕਿ ਪਲੀਜ਼ ਸਟੇਜ ਤੇ ਆਉਣ, ਕਿਉਂਕਿ ਇਹ ਖੁਸ਼ੀ ਭਰਿਆ ਮਾਹੌਲ ਜੋ ਸਾਨੂੰ ਵਾਹਿਗੁਰੂ ਜੀ ਨੇ ਦਿੱਤਾ ਹੈ, ਤਾਂ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਮੈਂ ਕਾਗਜ਼ ਦੀ ਬੇੜੀ ਪਾਇਆ।
ਥੋੜ੍ਹੀ ਜਿਹੀ ਗੱਲਬਾਤ ਇਸ ਤੀਆਂ ਦੇ ਤਿਉਹਾਰ ਬਾਰੇ ਕਰੀਏ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਤੀਆਂ ਦਾ ਇਹ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ, ਔਰ ਇਸ ਤੀਆਂ ਦੇ ਤਿਉਹਾਰ ਨੂੰ ਜੇ ਅਸੀਂ ਧੀਆਂ ਦਾ ਤਿਉਹਾਰ ਵੀ ਕਹਿ ਲਈਏ ਤਾਂ ਮੇਰੇ ਖਿਆਲ ਵਿੱਚ ਕੋਈ ਬਹੁਤਾ ਫਰਕ ਨਹੀਂ ਹੋਵੇਗਾ, ਕਿਉਂਕਿ ਜਦੋਂ ਨਵ ਵਿਆਹੀ ਧੀ ਪਹਿਲੇ ਸਾਉਣ ਦੇ ਵਿੱਚ ਆਪਣੇ ਸਹੁਰਿਆਂ ਤੋਂ ਆਪਣੇ ਪੇਕੇ ਪਿੰਡ ਆਉਂਦੀ ਹੈ ਤੀਆਂ ਦਾ ਤਿਉਹਾਰ ਮਨਾਉਣ ਲਈ, ਤਾਂ ਇਹ ਸਾਡਾ ਜਿਹੜਾ ਤਿਉਹਾਰ ਹੈ ਇਹ ਖਾਸ ਤੌਰ 'ਤੇ ਧੀਆਂ ਨਾਲ ਹੀ ਸੰਬੰਧਿਤ ਹੈ। ਉਹ ਆਪਣੇ ਪੇਕੇ ਪਿੰਡ ਆ ਕੇ ਆਪਣੀਆਂ ਚਾਚੀਆਂ, ਤਾਈਆਂ, ਮਾਵਾਂ ਅਤੇ ਸਹੇਲੀਆਂ, ਭੈਣਾਂ ਨਾਲ ਆਪਣਾ ਦੁੱਖ ਸੁੱਖ ਫੋਲਦੀ ਹੈ, ਹਾਸੇ ਠੱਠੇ ਕਰਦੀ ਹੈ, ਇਸ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਦੀ ਹੈ। ਸੋ ਇਹ ਜ਼ਿਆਦਾਤਰ ਤਿਉਹਾਰ ਧੀਆਂ ਨਾਲ ਜੁੜਿਆ ਹੋਇਆ ਹੈ। ਸੋ ਮੈਂ ਤਾਂ ਇਹ ਮੰਨਦੀ ਹਾਂ ਕਿ ਇਸ ਤਿਉਹਾਰ ਨੂੰ ਤੀਆਂ ਦੇ ਤਿਉਹਾਰ ਦੀ ਬਜਾਏ ਧੀਆਂ ਦਾ ਤਿਉਹਾਰ ਕਿਹਾ ਜਾਣਾ ਚਾਹੀਦਾ ਹੈ। ਅੱਗੇ ਤਾਂ ਆਪਾਂ ਸੋਚਦੇ ਸੀ, ਮੈਂ ਸੁਣਿਆ ਵੀ ਸੀ ਕਿ ਤੀਆਂ ਲਗਾਤਾਰ 15-15 ਦਿਨਾਂ ਤੱਕ ਲੱਗਦੀਆਂ ਸੀ, ਪਰ ਅੱਜ ਕੱਲ੍ਹ ਸਭ ਕੁਛ ਬਦਲ ਚੁੱਕਿਆ ਸਮੇਂ ਦੀ ਘਾਟ ਕਾਰਨ। ਇੱਥੇ ਵੀ ਅਸੀਂ ਵੇਖਦੇ ਹੀ ਹਾਂ ਕਿ ਵੀਕਐਂਡ 'ਤੇ 2 ਦਿਨਾਂ ਲਈ ਤੀਆਂ ਲਾਈਆਂ ਜਾਂਦੀਆਂ ਹਨ, ਕਿਉਂਕਿ ਸਾਡੀਆਂ ਮਜਬੂਰੀਆਂ ਹਨ, ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ 15-15 ਦਿਨ ਲਗਾਤਾਰ ਤੀਆਂ ਦਾ ਆਨੰਦ ਮਾਣ ਸਕੀਏ, ਕਿਉਂਕਿ ਜਿਹੜੀਆਂ ਇੱਥੇ ਮੇਰੀਆਂ ਆਂਟੀਆਂ, ਮਾਵਾਂ, ਬਜ਼ੁਰਗ ਬੈਠੇ ਹੋਏ ਹਨ ਉਹਨਾਂ ਨੂੰ ਤਾਂ ਪਤਾ ਹੈ ਕਿ ਪਿੰਡਾਂ ਦੇ ਵਿੱਚ ਤੀਆਂ ਕਾਫੀ ਦਿਨਾਂ ਤੱਕ ਲਗਾਤਾਰ ਲੱਗਦੀਆਂ ਸਨ। ਸੋ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ 15 ਦਿਨਾਂ ਦਾ ਜੋ ਆਨੰਦ ਹੈ ਉਹ ਇੱਥੇ 5 ਘੰਟਿਆਂ ਵਿੱਚ ਹੀ ਮਾਣ ਸਕੀਏ। ਸੋ ਉਹ ਇੱਕ ਕੋਸ਼ਿਸ਼ ਕੀਤੀ ਗਈ ਹੈ ਔਰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗੀ। ਸਭ ਤੋਂ ਪਹਿਲਾਂ ਤਾਂ ਸਾਡੇ ਗਰੁੱਪ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿਣ ਲਈ ਇੱਕ ਗਿੱਧਾ ਤਿਆਰ ਕੀਤਾ ਗਿਆ ਹੈ। ਸੋ ਸਭ ਤੋਂ ਪਹਿਲਾਂ ਉਹ ਪੇਸ਼ ਕੀਤਾ ਜਾਏਗਾ। ਸੋ ਥੋੜ੍ਹੀ ਜਿਹੀ ਕਲੈਪਿੰਗ ਕਰਕੇ ਮੋਸਟ ਵੈਲਕਮ ਕਰ ਦਿਆ ਕਰੋ, ਇਹਨੇ ਨਾਲ ਸਾਡਾ ਹੌਸਲਾ ਬਣਿਆ ਰਹਿੰਦਾ। ਕਾਲੀ ਕਾਲੀ ਪੈਰ ਪੱਟ ਲੈ।
परफॉर्मेंस है जी सेकंड नंबर ते वीर जी लॉन्ग लैची गुरमीत कौर Mari
ਛੋਟੀ ਜਿਹੀ ਬੱਚੀ ਵੱਲੋਂ ਕੀਤੀ ਗਈ ਬਹੁਤ ਹੀ ਵਧੀਆ ਪਰਫੋਰਮੈਂਸ। ਸੋ ਮੇਰੀਆਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਕਿ ਇੱਦਾਂ ਆਪਣੇ ਬੱਚਿਆਂ ਨੂੰ ਪ੍ਰਪੇਅਰ ਕਰਿਆ ਕਰੋ। ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਮੰਚ ਮਿਲਦਾ ਤਾਂ ਤੁਸੀਂ ਜ਼ਰੂਰ ਤਿਆਰ ਕਰਵਾਇਆ ਕਰੋ, ਤਾਂ ਕਿ ਤੁਹਾਡੇ ਬੱਚਿਆਂ ਵਿੱਚ ਵੀ ਆਪਣੇ ਵਿਰਸੇ ਨਾਲ ਜੁੜਨ ਦੀ ਭਾਵਨਾ ਪੈਦਾ ਹੋਵੇ ਔਰ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਪਰਫੋਰਮੈਂਸਿਸ ਦੇ ਕੇ ਉਹਨਾਂ ਦਾ ਹੌਸਲਾ ਵੀ ਵੱਧਦਾ ਹੈ। ਸੋ ਇਹ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਇਸ ਲਈ ਤਿਆਰ ਕਰੀਏ। ਜ਼ੋਰਦਾਰ ਤਾੜੀਆਂ। ਔਰ ਨੈਕਸਟ ਟਾਈਮ ਤੋਂ ਕੋਸ਼ਿਸ਼ ਕਰਿਓ ਕਿ ਇਸ ਜਗ੍ਹਾ 'ਤੇ ਤੁਹਾਡੇ ਬੱਚੇ ਵੀ ਖੜ੍ਹੇ ਹੋਣ ਔਰ ਉਹਨਾਂ ਲਈ ਵੀ ਕਲੈਪਿੰਗ ਹੋ ਰਹੀ ਹੋਵੇ, ਤਾਂ ਇੱਕ ਮਾਂ ਦੇ ਦਿਲ ਨੂੰ ਜੋ ਸਕੂਨ ਮਿਲਦਾ ਹੈ ਉਹ ਮੈਂ ਜਾਣਦੀ ਹਾਂ।